12 ਸਾਲ ਨਸ਼ਾ ਕੀਤਾ, ਵਾਲ ਕਤਲ ਕਰਾ ਛੱਡੇ, ਪਤਿਤ ਪੁਨਾ ਕਰ ਛੱਡਿਆ, ਪਰ ਹੁਣ ਐਸੀ ਮਿਹਰ ਹੋਈ ਹੈ, ਕਿਰਪਾ ਹੋਈ ਹੈ ਗੁਰੂ ਦੀ ਕਿ ਖਾਲਸੇ ਰੂਪ 'ਚ ਸੱਚ ਚੁੱਕੇ ਹਨ ਅਤੇ ਨਾਂ ਦੇ ਮਗਰ ਵੀ ਮਨਜੀਤ ਸਿੰਘ ਖਾਲਸਾ ਲੱਗ ਗਿਆ। ਪਲੱਸ ਟੂ ਕਰਕੇ ਬਾਹਰ ਚਲ ਗਏ, ਇੱਥੇ ਗੁਜਰਾਤ ਵੱਲ ਚਲ ਗਏ, ਕੰਪਨੀਆਂ ਦੇ ਵਿੱਚ ਚਲ ਗਏ ਕਾਰੋਬਾਰ ਕਰਨ ਲਈ। ਉੱਥੇ ਫਿਰ ਢਾਣੀਆਂ ਦੇ ਵਿੱਚ ਰਹਿ ਕੇ ਇੱਕ ਤਾਂ ਪਲੱਬੀ ਕੇਸ ਕਤਲ ਪਹਿਲਾਂ ਕਰਵਾਏ, ਫਿਰ ਬਾਅਦ ਵਿੱਚ ਫਿਰ ਉਹਨਾਂ ਨਾਲ ਰਹਿ ਰਹਿ ਕੇ ਜਿੱਦਾਂ ਦੀ ਸੰਗਤ ਸੀ ਉੱਦਾਂ ਦਾ ਮਤਲਬ ਵੀ ਰੰਗ ਮਲਬੀ ਚੜ ਗਿਆ ਅਤੇ ਨਸ਼ੇ ਵੀ ਕਰਨ ਲੈਵੇ ਨਾਲ ਹੀ। ਨਸ਼ਾ ਫਿਰ ਕਿਹੜਾ ਕਿਹੜਾ ਕੀਤਾ, ਕਿਹੜੇ ਕਿਹੜੇ ਨਸ਼ੇ ਦਾ ਸਵਾਲ ਲਿਆ? ਨਸ਼ਾ ਸ਼ਰਾਬ ਵੀ ਪੀਤੀ ਆ, ਤੰਬਾਕੂ ਵੀ, ਸਿਗਰਟਾਂ ਵੀ, ਸਫਾਰੀ ਮਾਵਾ ਉੱਧਰ। ਨਹੀਂ ਹੁਣ ਤਾਂ ਗੁਰੂ ਪਾਤਸ਼ਾਹ ਦੀ ਬੜੀ ਕਿਰਪਾ, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਬੜੀ ਕਿਰਪਾ, ਦਮਾਲੇ 'ਚ ਰਹੇ ਆ ਅਤੇ ਹੁਣ ਤਾਂ ਸਗੋਂ ਪੱਗ ਬੰਨਣ ਦਾ ਵੀ ਚੇਤਾ ਭੁੱਲ ਗਿਆ ਵੀ ਪੱਗ ਕਿੱਦਾਂ ਬੰਨੀ ਦੀ ਆ, ਅਤੇ ਦਮਾਲਾ ਹੀ ਮਲਪੀ ਚੜ੍ਹਾਈ ਦਾ ਵਾ। ਜਦੋਂ ਨਸ਼ੇ ਛੱਡੇ ਸੀ ਅਤੇ ਤਲਬ ਚਲੋ ਸਰੀਰ ਨੂੰ ਵੱਜਦੀ ਸੀ ਅਤੇ ਸਰੀਰ ਭੱਜਦਾ ਟੁੱਟਦਾ ਸੀ ਅਤੇ ਚਲੋ ਇਸ਼ਨਾਨ ਪਾਣੀ ਕਰਕੇ ਉਦੋਂ ਬਾਹਰ ਉੱਥੋਂ ਹੀ ਛੱਡ ਕੇ ਬਾਹਰੋਂ ਹੀ ਮਲਬੀ ਛੱਡਣਾ ਚਾਲੂ ਕਰ ਦਿੱਤਾ, ਉੱਥੋਂ ਦਸਤਾਰ ਚੜ੍ਹਾਉਣੀ, ਗੋਲ ਦਸਤਾਰ ਚੜ੍ਹਾਉਣੀ ਚਾਲੂ ਕਰਤੀ ਸੀ। ਜਦੋਂ ਨਸ਼ੇ ਦੀ ਤਲਬ ਵੱਜਦੀ ਉਦੋਂ ਫਿਰ ਜਪਜੀ ਸਾਹਿਬ ਦਾ ਪਾਠ ਕਰ ਲਈਦਾ ਸੀ ਅਤੇ ਚਲੋ ਮਾਲਕ ਦੀ ਕਿਰਪਾ ਹੁੰਦੀ ਸੀ। ਲੋਕਡਾਊਨ ਦੇ ਵਿੱਚ ਵਿਹਲੇ ਮਲਬੀ ਬੈਠੇ ਹੋਈਦਾ ਸੀ ਅਤੇ ਮਨ ਦੇ ਵਿੱਚ ਖਿਆਲ ਆਇਆ ਇੱਦਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਾਫ਼ੀ ਅੱਗੇ ਆ ਚੁੱਕੇ ਹਾਂ ਅਤੇ ਮਲਬੀ ਵਾਪਸ ਜਾਣਾ ਜਿਹੜਾ ਔਖਾ ਲੱਗਦਾ ਸੀ ਅਤੇ ਚਲੋ ਅਰਦਾਸ ਬੇਨਤੀ ਕੀਤੀ ਮਾਲਕ ਅੱਗੇ ਵੀ ਮਾਲਕਾ ਅੰਮ੍ਰਿਤ ਚਾਲੂ ਹੋਏ ਅਤੇ ਅੰਮ੍ਰਿਤ ਛਕਣਾ ਨਾਲ ਦੀ ਨੂੰ ਪੁੱਛਿਆ ਸੀ ਵੀ ਅੰਮ੍ਰਿਤ ਛਕਣਾ ਵਾ ਵੀ ਤੂੰ ਛਕਣਾ ਵਾ ਕਿ ਜਾਂ ਨਹੀਂ। ਮੈਂ ਵੀ ਤੂੰ ਛਕਣਾ ਠੀਕ ਆ, ਨਹੀਂ ਛਕਣਾ ਤਾਂ ਵੀ ਠੀਕ ਆ, ਮੈਂ ਤਾਂ ਛਕਣਾ ਛਕਣਾ ਵਾਂ ਅਤੇ ਚਲੋ ਉਹਨਾਂ ਦਾ ਸੰਯੋਗ ਇਹੋ ਰਿਹਾ ਵੀ ਮਤਲਬ ਵੀ ਜੇ ਤੁਸੀਂ ਛਕਣਾ ਤਾਂ ਅਸੀਂ ਵੀ ਛਕਾਂਗੇ ਨਾਲ ਹੀ ਉਹਨਾਂ, ਫਿਰ ਅੰਮ੍ਰਿਤ ਛਕਾ ਬੱਚਿਆਂ ਨੂੰ ਵੀ ਨਾਲ ਹੀ ਝੂਲੇ ਦੇ। ਅੱਜ ਦੇ ਫੈਸ਼ਨ ਦੇ ਯੁੱਗ ਦੀ ਅਗਰ ਗੱਲ ਕਰੀਏ ਤਾਂ ਅੱਜ ਦੇ ਫੈਸ਼ਨ ਦੇ ਯੁੱਗ ਦੇ ਵਿੱਚ ਇੱਕ ਤਾਂ ਨੌਜਵਾਨ ਨਸ਼ੇ ਦੇ ਵੱਲ ਵੱਧਦੇ ਦਿਖਾਈ ਦੇ ਰਹੇ ਨੇ, ਦੂਸਰਾ ਪਤਿਤ ਪੁਣੇ ਵੱਲ ਵੀ ਵੱਧਦੇ ਨਜ਼ਰ ਆ ਰਹੇ ਨੇ। ਕਹਿੰਦੇ ਨੇ ਕਿ ਜਦੋਂ ਨਸ਼ੇ ਦੇ ਵਿੱਚ ਕੋਈ ਫਸ ਜਾਂਦਾ ਹੈ ਤਾਂ ਉਹਦੇ ਲਈ ਨਸ਼ੇ 'ਚੋਂ ਨਿਕਲਣਾ ਬੜਾ ਔਖਾ ਹੈ ਅਤੇ ਅਗਰ ਉਹ ਆਪਣੇ ਕਤਲ ਕੇਸ ਕਰਵਾ ਕੇ ਅਤੇ ਦੁਬਾਰਾ ਕੇਸ ਰੱਖਣਾ ਚਾਹੇ ਤਾਂ ਉਹ ਵੀ ਉਹਦੇ ਲਈ ਬੜਾ ਔਖਾ ਹੈ। ਇਹ ਉਹਨਾਂ ਨੌਜਵਾਨਾਂ ਕੋਲੋਂ ਸੁਣਿਆ ਹੈ ਜੋ ਨਸ਼ੇ ਦੇ ਆਦੀ ਹਨ ਜਾਂ ਫਿਰ ਪਤਿਤ ਪੁਣਾ ਕਰ ਬੈਠਦੇ ਹਨ। ਪਰ ਅੱਜ ਅਸੀਂ ਬਟਾਲਾ ਦੇ ਪਿੰਡ ਘਸੀਟਪੁਰਾ ਪਹੁੰਚੇ ਹਾਂ ਜਿੱਥੇ ਇੱਕ ਨੌਜਵਾਨ ਮਨਜੀਤ ਸਿੰਘ ਨਾਲ ਤੁਹਾਨੂੰ ਮਿਲਾਵਾਂਗੇ। ਮਨਜੀਤ ਸਿੰਘ ਨਾਮ ਪਹਿਲਾਂ ਸੀ ਜਦੋਂ ਵਾਲ ਕਤਲ ਕਰਵਾ ਦਿੱਤੇ ਸੀ, ਵਿਦੇਸ਼ ਗਏ ਸੀ, ਉੱਥੇ ਵਾਲ ਕਤਲ ਕਰਾ ਦਿੱਤੇ ਅਤੇ ਨਸ਼ੇ ਦੇ ਆਦੀ ਹੋ ਗਏ। ਲਗਾਤਾਰ 12 ਸਾਲ ਨਸ਼ਾ ਕੀਤਾ, 12 ਸਾਲ ਹੀ ਵਾਲ ਕਟਵਾ ਕੇ ਰੱਖੇ, ਪਰ ਐਸੀ ਵਾਹਿਗੁਰੂ ਦੀ ਪਰਮਾਤਮਾ ਦੀ ਕਿਰਪਾ ਹੋਈ, ਗੁਰੂ ਦੀ ਕਿਰਪਾ ਹੋਈ ਕਿ ਉਸ ਪਤਿਤ ਪੁਣੇ 'ਚੋਂ, ਉਸ ਨਸ਼ੇ ਦੀ ਦਲਦਲ 'ਚੋਂ ਬਾਹਰ ਨਿਕਲ ਕੇ ਅੱਜ ਮਨਜੀਤ ਸਿੰਘ ਖਾਲਸਾ ਬਣ ਗਏ ਹਨ, ਗੁਰੂ ਦੇ ਬਾਣੇ 'ਚ ਸੱਜੇ ਹਨ, ਨਸ਼ਾ ਬਿਲਕੁਲ ਛੱਡ ਚੁੱਕੇ ਹਨ, ਕੇਸ ਦੁਬਾਰਾ ਰੱਖੇ ਹਨ। ਤਸਵੀਰ ਤੁਹਾਨੂੰ ਮੈਂ ਪਹਿਲਾਂ ਉਸ ਨੌਜਵਾਨ ਦੀ ਦਿਖਾ ਰਿਹਾ, ਮੇਰੇ ਨਾਲ ਹੀ ਬੈਠੇ ਨੇ, ਤੁਸੀਂ ਦੇਖ ਸਕਦੇ ਹੋ। ਇਹਨਾਂ ਦੀਆਂ ਪਹਿਲੀਆਂ ਤਸਵੀਰਾਂ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਕਰੀਨ 'ਤੇ, ਪਰ ਇਹ ਤਸਵੀਰ ਹੁੰਦੀ ਹੈ ਜਦੋਂ 12 ਸਾਲ ਨਸ਼ਾ ਕੀਤਾ, ਵਾਲ ਕਤਲ ਕਰਾ ਛੱਡੇ, ਪਤਿਤ ਪੁਨਾ ਕਰ ਛੱਡਿਆ, ਪਰ ਹੁਣ ਐਸੀ ਮਿਹਰ ਹੋਈ ਹੈ, ਕਿਰਪਾ ਹੋਈ ਹੈ ਗੁਰੂ ਦੀ ਕਿ
ਖਾਲਸੇ ਰੂਪ 'ਚ ਸੱਜ ਚੁੱਕੇ ਹਨ ਅਤੇ ਨਾਂ ਦੇ ਮਗਰ ਵੀ ਮਨਜੀਤ ਸਿੰਘ ਖਾਲਸਾ ਲੱਗ ਗਿਆ। ਕਹਿੰਦੇ ਹਨ ਨਾ ਨਸ਼ਾ ਛੱਡਣਾ ਬੜਾ ਔਖਾ ਹੁੰਦਾ ਹੈ, ਪਰ ਇਹ ਉਹ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਜਿਨ੍ਹਾਂ ਨੇ 12 ਸਾਲ ਨਸ਼ਾ ਕੀਤਾ ਪਰ ਅੱਜ ਪਰਮਾਤਮਾ ਦੀ ਕਿਰਪਾ ਨਾਲ ਨਸ਼ੇ ਦੀ ਦਲਦਲ 'ਚੋਂ ਬਾਹਰ ਆਏ ਨੇ। ਮਨਜੀਤ ਸਿੰਘ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਉਹ ਜੀਵਨ ਚੰਗਾ ਸੀ ਜਿਹੜਾ 12 ਸਾਲ ਤੁਸੀਂ ਬਤੀਤ ਕੀਤਾ, ਨਸ਼ਾ ਕੋਈ ਛੱਡਿਆ ਨਹੀਂ, ਸਿਗਰਟ ਤੰਬਾਕੂ ਬੀੜੀ ਸਭ ਕੁਝ ਕੀਤਾ, ਤੇ ਵਾਲ ਵੀ ਤੁਸੀਂ ਕਤਲ ਕਰਵਾ ਛੱਡੇ, ਕਿ ਜਾਂ ਫਿਰ ਹੁਣ ਦਾ ਜੀਵਨ ਤੁਹਾਨੂੰ ਵਧੀਆ ਲੱਗਦਾ? ਨਹੀਂ, ਹੁਣ ਵਾਲਾ ਜੀਵਨ ਵਧੀਆ ਲੱਗਦਾ ਜੀ, ਪਹਿਲੇ ਵਾਲਾ ਜੀਵਨ ਤੇ ਬੇਕਾਰ ਹੀ ਮਤਲਬ ਗਿਆ। ਹਾਂਜੀ, ਇਹ ਉਹ ਤੇ ਜਿਹੜਾ ਟਾਈਮ ਹੀ ਮਤਲਬ ਜਿਹੜਾ ਇੱਦਾਂ ਹੀ ਗਿਆ, ਮਤਲਬ ਵਿਅਰਥ ਹੀ ਗਿਆ, ਪਰ ਹੁਣ ਵਾਲਾ ਜੀਵਨ ਜਿਹੜਾ ਬਹੁਤ ਹੀ ਵਧੀਆ ਜੀ। ਪਹਿਲਾਂ ਵੀ ਤੁਸੀਂ ਸਰਦਾਰ ਸੀ, ਫਿਰ ਤੁਸੀਂ ਵਾਲ ਕਟਵਾ ਦਿੱਤੇ, ਫਿਰ ਤੁਸੀਂ ਵਿਦੇਸ਼ 'ਚ ਜਾ ਕੇ ਨਸ਼ੇ ਵੀ ਕੀਤੇ, ਕਿਵੇਂ ਸਾਰੀ ਉਸ ਦਲਦਲ 'ਚ ਤੁਸੀਂ ਫਸ ਗਏ ਹੋ? ਜਦੋਂ 2006 ਵਿੱਚ ਅੰਮ੍ਰਿਤ ਛਕਿਆ ਸੀ, ਉਦੋਂ ਬਚਪਨ ਵਿੱਚ ਛਕਿਆ ਸੀ ਅੰਮ੍ਰਿਤ, ਮੰਮੀ ਡੈਡੀ ਹੋਣਾਂ ਦੇ ਨਾਲ ਹੀ ਛਕਿਆ ਸੀ। ਚਲੋ ਜਦੋਂ ਬਾਅਦ ਵਿੱਚ ਜਵਾਨੀ ਦੇ ਵਿੱਚ ਆਏ ਅਤੇ ਮਤਲਬ ਵੀ 9ਵੀਂ 10ਵੀਂ 11ਵੀਂ ਦੇ ਵਿੱਚ ਮਤਲਬ ਵੀ ਅੰਮ੍ਰਿਤ ਜਿਹੜਾ ਮਤਲਬ ਵੀ ਭੰਗ ਹੋ ਗਿਆ ਸੀ, ਅਤੇ ਫਿਰ ਉਦੋਂ ਬਾਅਦ ਵਿੱਚ ਪਲੱਸ ਟੂ ਕਰਕੇ ਬਾਹਰ ਚਲ ਗਏ, ਇੱਥੇ ਗੁਜਰਾਤ ਵੱਲ ਚਲ ਗਏ, ਕੰਪਨੀਆਂ ਦੇ ਵਿੱਚ ਚਲ ਗਏ ਕਾਰੋਬਾਰ ਕਰਨ ਲਈ। ਉੱਥੇ ਫਿਰ ਢਾਣੀਆਂ ਦੇ ਵਿੱਚ ਰਹਿ ਕੇ ਇੱਕ ਤਾਂ ਮਤਲਬ ਵੀ ਕੇਸ ਕਤਲ ਪਹਿਲਾਂ ਕਰਵਾਏ, ਫਿਰ ਬਾਅਦ ਵਿੱਚ ਫਿਰ ਉਹਨਾਂ ਨਾਲ ਰਹਿ ਰਹਿ ਕੇ ਜਿੱਦਾਂ ਦੀ ਸੰਗਤ ਸੀ ਉੱਦਾਂ ਦਾ ਮਤਲਬ ਵੀ ਰੰਗ ਮਤਲਬ ਵੀ ਚੜ ਗਿਆ, ਅਤੇ ਨਸ਼ੇ ਵੀ ਕਰਨ ਲੱਗੇ ਨਾਲ ਹੀ। ਨਸ਼ਾ ਫਿਰ ਕਿਹੜਾ ਕਿਹੜਾ ਕੀਤਾ, ਕਿਹੜੇ ਕਿਹੜੇ ਨਸ਼ੇ ਦਾ ਸਵਾਦ ਲਿਆ? ਨਸ਼ਾ ਸ਼ਰਾਬ ਵੀ ਪੀਤੀ ਆ, ਤੰਬਾਕੂ ਵੀ, ਸਿਗਰਟਾਂ ਵੀ, ਸਫਾਰੀ ਮਾਵਾ ਉੱਧਰ ਮਤਲਬ ਵੀ ਨੋਰਮਲ ਹੀ ਉੱਧਰ ਤੇ ਚੱਲਦੇ ਆ ਕਿ ਉੱਥੇ ਤੇ ਤੁਸੀਂ ਮਤਲਬ ਵੀ ਜਾਓਗੇ ਤੇ ਪੈਰ ਪੈਰ ਤੇ ਤੁਹਾਨੂੰ ਮਤਲਬ ਵੀ ਨਸ਼ੇ ਦੀਆਂ ਚੀਜ਼ਾਂ ਮਿਲਣੀਆਂ ਵਾ, ਵੀ ਕਦੀ ਕੋਈ ਸਟਿੱਕਰ ਮਿਲਣੇ ਆ, ਕਦੀ ਤੰਬਾਕੂ ਦੇ, ਬੀੜੀਆਂ ਦੇ, ਸਿਗਰਟਾਂ ਦੇ, ਵਿਮਲਾ ਦੇ ਕਾਫੀ ਮਿਲਦੇ ਨੇ। ਤੇ ਜਦੋਂ ਤੁਸੀਂ ਇਹ ਨਸ਼ਾ ਉੱਧਰ ਕਰਨਾ ਸ਼ੁਰੂ ਕੀਤਾ, ਤੁਸੀਂ ਪਰਿਵਾਰ ਨੂੰ ਪਤਾ ਲੱਗਾ ਹੋਏਗਾ ਜ਼ਰੂਰ ਵੀ ਨਸ਼ੇ ਦੇ ਆਦੀ ਹੋ ਗਏ ਆ, ਪਰਿਵਾਰ ਦਾ ਕੀ ਉਸ ਵੇਲੇ ਰਿਐਕਸ਼ਨ ਸੀ, ਕੀ ਮਾਹੌਲ ਸੀ? ਪਰਿਵਾਰ ਨੂੰ ਵੇਖੋ, ਕੋਈ ਵੀ ਬੰਦਾ ਨਸ਼ਾ ਕਰਦਾ ਤੇ ਪਰਿਵਾਰ ਤੋਂ ਚੋਰੀ ਕਰਦਾ, ਮਤਲਬ ਵੀ ਘਰ ਨਹੀਂ ਪਤਾ ਲੱਗਣ ਦਿੰਦਾ, ਪਰ ਇਹ ਚੀਜ਼ ਜਿਹੜੀ ਆ ਮਤਲਬ ਵੀ ਨਸ਼ਾ ਜਿਹੜਾ ਛੁਪਿਆ ਛੁਪਾਇਆ ਨਹੀਂ ਰਹਿੰਦਾ, ਪਤਾ ਤੇ ਲੱਗ ਹੀ ਜਾਂਦਾ, ਮਤਲਬ ਵੀ ਤੁਸੀਂ ਤੰਬਾਕੂ ਵੀ ਲਾਇਆ ਹੋਊਗਾ ਤੇ ਘਰਦਿਆਂ ਨੂੰ ਮਤਲਬ ਵੀ ਬੁੱਲਾਂ ਤੋਂ ਪਤਾ ਲੱਗ ਜੂਗਾ, ਸਿਗਰਟ ਪੀਤੀ ਹੋਊਗੀ ਤੇ ਵਾਸਨਾ ਆ ਜੂਗੀ, ਕੁਝ ਨਾ ਕੁਝ ਤੇ ਮਤਲਬ ਵੀ ਪਤਾ ਲੱਗ ਹੀ ਜਾਂਦਾ ਵਾ। ਤੇ ਚਲੋ ਇਹਨਾਂ ਨੂੰ ਜਦੋਂ ਪਤਾ ਲੱਗਾ ਸੀ ਤੇ ਇਹਨਾਂ ਨੇ ਮਤਲਬ ਵੀ ਕਾਫੀ ਨਿੰਦਾ ਕੀਤੀ ਵੀ ਅਸੀਂ ਤੁਹਾਨੂੰ ਬਚਪਨ ਤੋਂ ਮਤਲਬ ਵੀ ਵਧੀਆ ਰੱਖਿਆ ਵਾ ਤੇ ਤੁਸੀਂ ਹੁਣ ਇਹ ਚੀਜ਼ ਵਿੱਚ ਪੈ ਗਏ ਜੇ, ਤੇ ਮਤਲਬ ਵੀ ਇਹ ਚੀਜ਼ ਨੂੰ ਛੱਡੋ, ਤੇ ਇਹ ਆ ਵੀ ਛੱਡਣੀ, ਤੁਹਾਨੂੰ ਪਤਾ ਨਸ਼ਾ ਛੱਡਣਾ ਕਿਤੇ ਸੌਖਾ ਜੇ ਕਿਤੇ। ਹਾਂਜੀ, ਮਨਜੀਤ ਸਿੰਘ ਖਾਲਸਾ ਤੇ ਕਿੱਦਾਂ ਅਮੀਰ ਹੋ ਗਈ? ਚਲੋ ਫਿਰ ਇਹ ਸੰਗਤ ਕੀਤੀ ਸੀ ਧੰਨ ਧੰਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਸੰਗਤ ਕੀਤੀ ਸੀ 2006 ਤੋਂ, ਮਤਲਬ ਵੀ ਕਾਫੀ ਸੰਗਤ ਕੀਤੀ ਛੋਟੇ ਹੁੰਦਿਆਂ, ਤੁਸੀਂ ਉਹਦਾ ਲਾ ਲਓ ਚਾਹੇ ਮਤਲਬ ਵੀ ਸੰਗਤ ਦਾ ਜਿਹੜਾ ਥੋੜ੍ਹਾ ਵੀ ਕੀਤੀ ਜਿਹੜਾ ਉਹਦਾ ਅਸਰ ਕੁਝ ਲਾ ਲਓ, ਇੱਕ ਆਪਣਾ ਵੀ ਮਨ ਬਣਾਇਆ ਥੋੜ੍ਹਾ ਵੀ ਮਤਲਬ ਵੀ ਚਲੋ ਆਪਾਂ ਵੀ ਛੱਡਣਾ ਵਾ, ਕਾਫੀ ਅੱਗੇ ਆ ਚੁੱਕੇ ਹਾਂ ਵੀ ਛੱਡਣਾ ਵਾ ਅਸੀਂ ਨਸ਼ਾ, ਅਤੇ ਚਲੋ ਮਾਲਕ ਨੇ ਮਿਹਰ ਕੀਤੀ ਅਤੇ ਛੱਡਿਆ ਨਸ਼ਾ। ਕਹਿੰਦੇ ਨੇ ਜਦੋਂ ਨਸ਼ੇ 'ਚ ਬੰਦਾ ਫਸਿਆ ਹੋਵੇ ਨਾ, ਉਦੋਂ ਨੁਕਸਾਨ ਵੀ ਬੜਾ ਹੁੰਦਾ, ਘਰ ਦਾ ਵੀ, ਜੇਬ ਦਾ ਵੀ ਅਤੇ ਸਰੀਰ ਦਾ ਵੀ, ਤੁਹਾਡਾ ਫਿਰ ਕਿਹੜਾ ਕਿਹੜਾ ਨੁਕਸਾਨ ਝੱਲਣਾ? ਨੁਕਸਾਨ ਤਾਂ ਚਲੋ ਇਹ ਆ ਵੀ ਸਰੀਰ ਦਾ ਤਾਂ ਚਲੋ ਹੁੰਦਾ ਹੀ ਆ, ਘਰਦਿਆਂ ਦਾ ਵੀ ਹੁੰਦਾ ਵਾ, ਅਤੇ ਨਾਲ ਪੈਸੇ ਧੇਲੇ ਦਾ ਵੀ ਹੁੰਦਾ, ਜਿਹੜਾ ਉਹ ਪੈਸਾ ਧੇਲਾ ਅਸੀਂ ਮਤਲਬ ਵੀ ਨਸ਼ੇ ਵੱਲ ਲਾਉਂਦੇ ਹਾਂ, ਉਹ ਆਪਣਾ ਮਤਲਬ ਵੀ ਬੰਦਾ ਚਲੋ ਖਾਵੇ ਪੀਵੇ, ਚਾਹੇ ਮਤਲਬ ਵੀ ਘਰ ਵੀ ਘਰ ਬਾਰ ਵੀ ਚਲਾਵੇ, ਬੱਚਿਆਂ ਨੂੰ ਵੀ ਆਪਣਾ ਮਤਲਬ ਵੀ, ਹੁਣ ਬੰਦਾ ਕਈ ਇਹੋ ਜਿਹੇ ਹੈਗੇ ਨਸ਼ੇ ਕਰਦੇ ਆ, ਘਰ ਆਪਣੇ ਪੈਸਾ ਨਹੀਂ ਦਿੰਦੇ ਅਤੇ ਬੱਚੇ ਵੀ ਵੇਂਦੇ ਆ, ਖਾਣ ਪੀਣ ਤੋਂ ਵੀ ਤਰਸਦੇ ਆ, ਅਤੇ ਨਸ਼ਾ ਤਾਂ ਤੁਹਾਨੂੰ ਪਤਾ ਬੰਦਾ ਫਿਰ ਜਦੋਂ ਨਸ਼ਾ ਕਰ ਲੈਂਦਾ ਉਹਨੂੰ ਆਪਣੇ ਨਾਲ ਹੁੰਦਾ, ਉਹਨੂੰ ਕਿਸੇ ਨਾਲ ਨਹੀਂ ਹੁੰਦਾ ਕੁਝ ਵੀ।
ਜਦੋਂ ਕਿਸੇ ਨੇ ਵਾਲ ਕਟਾਏ ਹੋਣ ਨਾ, ਜਾਂ ਫਿਰ ਸਿੱਖ ਹੋਵੇ ਤਾਂ ਵਾਲ ਕਟਵਾ ਲਵੇ, ਤਾਂ ਦੁਬਾਰਾ ਵਾਲ ਰੱਖਣੇ, ਦੁਬਾਰਾ ਸਿੰਘ ਸਜਣਾ ਉਹਦੇ ਲਈ ਬੜਾ ਔਖਾ ਹੋ ਜਾਂਦਾ। ਕਹਿੰਦੇ ਨੇ ਕਿ ਜਿਹਨਾਂ ਨੇ ਵਾਲ ਕਟਾਏ ਨਾ, ਕਈ ਨੌਜਵਾਨਾਂ ਦੇ ਮੂੰਹ 'ਚ ਮੈਂ ਸੁਣਦਾ ਯਾਰ ਕਿੱਥੇ ਵਾਲ ਸਾਂਭਦੇ ਫਿਰਾਂਗੇ, ਕਿੱਥੇ ਦਸਤਾਰ ਸਾਂਭਦੇ ਫਿਰਾਂਗੇ। ਇੱਦਾਂ ਠੀਕ ਆ, ਨਾਤੇ ਧੋਤੇ ਆਰਾਮ ਨਾਲ ਤਿਆਰ ਹੋ। ਨਹੀਂ, ਹੁਣ ਤਾਂ ਗੁਰੂ ਪਾਤਸ਼ਾਹ ਦੀ ਬੜੀ ਕਿਰਪਾ, ਤਨ ਤਨ ਅਮਰਸ਼ੀਤ ਬਾਬਾ ਦੀਪ ਸਿੰਘ ਜੀ ਦੀ ਬੜੀ ਕਿਰਪਾ, ਦਮਾਲੇ 'ਚ ਰਹੇ ਆ, ਅਤੇ ਹੁਣ ਤਾਂ ਸਗੋਂ ਪੱਗ ਬੰਨਣ ਦਾ ਵੀ ਚੇਤਾ ਭੁੱਲ ਗਿਆ ਵੀ ਪੱਗ ਕਿੱਦਾਂ ਬੰਨੀ ਦੀ ਆ, ਅਤੇ ਦਮਾਲਾ ਹੀ ਮਲਪੀ ਚੜਾਈਦਾ ਵਾ, ਅਤੇ ਦਮਾਲੇ ਚੜਾਉਣੇ ਵੀ ਹੁਣ ਇਹਨੂੰ ਮਲਪੀ। ਆਪਾਂ ਇਹੋ ਦਮਾਲਾ ਮੈਂ ਆਪਣੇ ਵੱਡੇ ਭਰਾ ਨੂੰ ਬਾਹਰ ਚੜਾਉਣ ਗਿਆ ਸੀ ਦਿੱਲੀ, 2 ਦਿਨ ਦਮਾਲਾ ਰੱਖਿਆ ਇਸ ਆਪਣੇ ਸਿਰ ਦੇ ਉੱਤੇ, ਇੱਦਾਂ ਹੀ ਦਮਾਲਾ ਵੀ ਮਲਪੀ। ਤੁਹਾਨੂੰ ਪਤਾ ਇੱਕ ਨੋਰਮਲ ਬੰਦੇ ਨੂੰ, ਮੋਨੇ ਬੰਦੇ ਨੂੰ ਬੰਨਦੀ ਹੈ ਕਿਤੇ 2 ਮੀਟਰ ਦਾ ਬੰਨਾ ਹੀ ਬੰਨਦੀ ਹੈ, ਅਤੇ ਉਹਦੇ ਕੋਲ ਸੰਭਾਲਿਆ ਨਹੀਂ ਜਾਂਦਾ, ਅਤੇ ਇਹ ਤਾਂ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਸੰਭਾਲਿਆ ਜਾਂਦਾ। ਕਹਿੰਦਾ ਇੰਨੇ ਸਾਲ ਨਸ਼ਾ ਕੀਤਾ ਹੋਵੇ ਨਾ, ਅਤੇ ਜਦੋਂ ਛੱਡਣਾ ਹੋਵੇ ਤਲਬ ਬੜੀ ਲੱਗਦੀ ਸਰੀਰ ਨੂੰ, ਉਹ ਹੀ ਤਲਬ ਫਿਰ ਦੁਬਾਰਾ ਨਸ਼ੇ ਵੱਲ ਲੈ ਜਾਂਦੀ ਬੰਦੇ ਨੂੰ। ਤੁਸੀਂ ਫਿਰ ਉਹ ਸਮਾਂ ਕਿੱਦਾਂ ਕੱਢਿਆ ਜਦੋਂ ਤਲਬ ਲੱਗਦੀ ਰਹੀ, ਜਦੋਂ ਤੁਸੀਂ ਛੱਡਿਆ ਨਸ਼ਾ ਤਲਬ ਲੱਗਦੀ ਹੋਏਗੀ, ਕਿਵੇਂ ਫਿਰ ਉਹ ਸਮਾਂ ਗੁਜ਼ਾਰਿਆ? ਜਦੋਂ ਨਸ਼ੇ ਛੱਡੇ ਸੀ ਤਾਂ ਤਲਬ ਚਲੋ ਸਰੀਰ ਨੂੰ ਵੱਜਦੀ ਸੀ, ਅਤੇ ਸਰੀਰ ਭੱਜਦਾ ਟੁੱਟਦਾ ਸੀ, ਅਤੇ ਚਲੋ ਇਸ਼ਨਾਨ ਪਾਣੀ ਕਰਕੇ ਉਦੋਂ ਬਾਹਰ ਉੱਥੋਂ ਹੀ ਛੱਡ ਕੇ ਬਾਹਰੋਂ ਹੀ ਮਤਲਬ ਵੀ ਛੱਡਣਾ ਚਾਲੂ ਕਰ ਦਿੱਤਾ, ਉੱਥੋਂ ਦਸਤਾਰ ਚੜਾਉਣੀ, ਗੋਲ ਦਸਤਾਰ ਚੜਾਉਣੀ ਚਾਲੂ ਕਰਤੀ ਸੀ। ਜਦੋਂ ਨਸ਼ੇ ਦੀ ਤਲਬ ਵੱਜਦੀ ਉਦੋਂ ਫਿਰ ਜਪਜੀ ਸਾਹਿਬ ਦਾ ਪਾਠ ਕਰ ਲਈਦਾ ਸੀ, ਅਤੇ ਚਲੋ ਮਾਲਕ ਦੀ ਕਿਰਪਾ ਹੁੰਦੀ ਸੀ। ਫਿਰ ਗੱਲ ਆ ਜਾਂਦੀ ਮੈਂ ਚਾੜੇ ਕੁੰਡਾਂ ਪਾਲੀਆਂ ਤੁਦ ਜੇਵਣ ਨਾਸ ਆਈਆਂ, ਉਹਦੇ ਤੋਂ ਮਤਲਬ ਬਿਨਾਂ ਕੋਈ ਸਾਰਾ ਨਹੀਂ। ਕਿੱਥੋਂ ਲੱਗੀ ਫਿਰ ਵੀ ਨਸ਼ਾ ਹੁਣ ਛੱਡ ਹੀ ਦੇਣਾ? ਚਿਨਕ ਚਲੋ ਉਦੋਂ ਲੋਕਡਾਊਨ ਦੇ ਵਿੱਚ ਵਿਹਲੇ ਮਤਲਬ ਬੈਠੇ ਹੋਈਦਾ ਸੀ, ਅਤੇ ਮਨ ਦੇ ਵਿੱਚ ਖਿਆਲ ਆਇਆ ਇੱਦਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਅੱਗੇ ਆ ਚੁੱਕੇ ਹਾਂ, ਅਤੇ ਮਤਲਬ ਵਾਪਸ ਜਾਣਾ ਜਿਹੜਾ ਔਖਾ ਲੱਗਦਾ ਸੀ, ਅਤੇ ਚਲੋ ਅਰਦਾਸ ਬੇਨਤੀ ਕੀਤੀ ਮਾਲਕ ਅੱਗੇ ਵੀ ਮਾਲਕਾ, ਜਦੋਂ ਬੰਦਾ ਕਹਿ ਦਿੰਦਾ ਨਾ ਵੀ ਮੈਂ ਛੱਡਣਾ ਚਾਹੁੰਦਾ ਵਾਂ ਪਰ ਮੇਰੇ ਕੋਲ ਨਹੀਂ ਮਤਲਬ ਛੱਡਿਆ ਜਾਂਦਾ, ਅਤੇ ਅਰਦਾਸਾ ਸੋਤੇ ਬੰਦਾ ਵੀ ਤੁਸੀਂ ਕਿਰਪਾ ਕਰੋ, ਅਤੇ ਸਾਰਾ ਕੁਝ ਮਾਲਕ ਉਹ ਆਪ ਹੀ ਕਰ ਦਿੰਦਾ, ਫਿਰ ਬੰਦਾ ਨਹੀਂ ਕੁਝ ਵੀ ਕਰਦਾ। ਪਰਿਵਾਰ ਦੇ ਵਿੱਚ ਕੌਣ ਕੌਣ ਹੈਗਾ ਹੋ ਰਿਹਾ? ਪਰਿਵਾਰ 'ਚ ਮੰਮੀ ਡੈਡੀ ਆ, ਅਤੇ 5 ਭਰਾ ਵਾਂ, ਅਤੇ ਭਰਜਾਈਆਂ ਵਾਂ, ਅਤੇ ਬੱਚੇ ਵੀ ਆ। ਫਿਰ ਸਾਰੇ ਇਕੱਠੇ ਰਹਿੰਦੇ ਇੱਕ ਥਾਂ 'ਤੇ? ਇਕੱਠੇ ਸਾਰੇ ਇੱਕੋ ਥਾਂ, ਹਾਂਜੀ ਇਕੱਠੇ ਜੀ, ਸਾਂਝਾ ਹੀ ਆ ਸਾਰਾ, ਸਾਂਝਾ ਸਾਰਾ ਇੱਕੋ ਥਾਂ ਹੀ ਆ, ਰੋਟੀ ਪਾਣੀ ਸਾਰਾ ਜਲ ਪਾਣੀ। ਜਦੋਂ ਇਹ ਸਮਾਂ ਤੁਸੀਂ ਬਤੀਤ ਕੀਤਾ ਸੀ ਨਸ਼ੇ ਵਾਲਾ ਜਾਂ ਪਤਿਤ ਪੁਣੇ ਵਾਲਾ, ਉਦੋਂ ਫਿਰ ਧਰਮ ਪਤਨੀ ਦਾ ਕਿੱਦਾਂ ਦਾ ਸਾਥ ਰਿਹਾ? ਧਰਮ ਪਤਨੀ ਕੀ ਕੁਛ ਕਹਿੰਦੀ ਰਹੀ ਜਾਂ ਕੀ ਸਮਝਾਉਂਦੀ ਰਹੀ? ਸਾਥ ਹੁਣ ਕੋਈ ਵੀ ਬੰਦਾ ਨਸ਼ਾ ਪੱਤਾ ਕਰਦਾ ਵਾ ਉਹਦੇ ਘਰ ਦੇ ਡੱਕਦੇ ਹੀ ਹੁੰਦੇ ਆ, ਅਤੇ ਬੰਦਾ ਜਿਹੜਾ ਅੰਨਾ ਆਇਆ ਹੁੰਦਾ ਨਸ਼ੇ ਪਿੱਛੇ, ਅਤੇ ਕਹਿਣਾ ਨਹੀਂ ਕਿਸੇ ਦਾ ਵੀ ਮੰਨਦਾ, ਚਲੋ ਘਰਦੇ ਵੀ ਮਤਲਬ ਵੀ ਕਹਿੰਦੇ ਰਹੇ ਆ ਵੀ ਨਸ਼ਾ ਛੱਡਣ ਵਾਲਾ, ਨਾਲ ਦੀ ਵੀ ਕਹਿੰਦੀ ਰਹੀ ਆ, ਅਤੇ ਚਲੋ ਜਦੋਂ ਫਿਰ ਆਪਾਂ ਇੱਥੇ ਮੈਂ ਆਇਆ ਅਤੇ ਅੰਮ੍ਰਿਤ ਛਕਣ ਦਾ ਜਦੋਂ ਮਨ ਬਣਾਇਆ, ਚਲੋ ਲੋਕਡਾਊਨ ਦੇ ਵਿੱਚ ਅੰਮ੍ਰਿਤ ਵੀ ਬੰਦ ਕੀਤੇ ਸੀ, ਅਤੇ 5-6 ਮਹੀਨੇ ਤਾਂ ਮਤਲਬ ਵੀ ਚਲੋ ਰੱਖਿਆ ਵੀ ਆਪਣਾ ਰਹਿਤ ਮਰਿਆਦਾ ਰੱਖੀ ਆ। ਫਿਰ ਜਦੋਂ ਚਾਲੂ ਹੋਏ ਲੋਕਡਾਊਨ 'ਚ ਮਤਲਬ ਵੀ ਅੰਮ੍ਰਿਤ ਚਾਲੂ ਹੋਏ, ਅਤੇ ਅੰਮ੍ਰਿਤ ਛਕਣਾ ਨਾਲ ਦੀ ਨੂੰ ਪੁੱਛਿਆ ਸੀ ਵੀ ਅੰਮ੍ਰਿਤ ਛਕਣਾ ਵਾਂ ਵੀ ਤੂੰ ਛਕਣਾ ਵਾਂ ਕਿ ਜਾਂ ਨਹੀਂ, ਮੈਂ ਵੀ ਤੂੰ ਛਕਣਾ ਠੀਕ ਆ ਨਹੀਂ ਛਕਣਾ ਤਾਂ ਵੀ ਠੀਕ ਆ, ਮੈਂ ਤਾਂ ਛਕਣਾ ਛਕਣਾ ਵਾਂ। ਅਤੇ ਚਲੋ ਉਹਨਾਂ ਦਾ ਸੰਯੋਗ ਇਹੋ ਰਿਹਾ ਵੀ ਮਤਲਬ ਵੀ ਜੇ ਤੁਸੀਂ ਛਕਣਾ ਤਾਂ ਅਸੀਂ ਵੀ ਛਕਾਂਗੇ ਨਾਲ ਹੀ ਉਹਨਾਂ, ਫਿਰ ਅੰਮ੍ਰਿਤ ਛਕਾ, ਬੱਚਿਆਂ ਨੂੰ ਵੀ ਨਾਲ ਹੀ ਝੂਲੇ ਦਵਾਏ ਫਿਰ। ਹਾਂਜੀ, ਜਦੋਂ ਗੱਲ ਕਰੀਏ ਨਾ, ਇੱਕ ਸੋਚ ਦਿਮਾਗ 'ਚ ਹੁੰਦੀ ਹੈ ਕਿ ਯਾਰ ਨਸ਼ਾ ਹੁਣ ਛੱਡਣ ਲੱਗੇ ਹਾਂ, ਨਸ਼ਾ ਛੱਡ ਕੇ ਅਤੇ ਅਸੀਂ ਖਾਲਸਾ ਰੂਪ 'ਚ ਸੱਜ ਗਏ ਹਾਂ। ਮੈਂ ਸਵਾਲ ਤੁਹਾਡੇ ਕੋਲ ਇਹ ਕਰਨਾ ਚਾਹੁੰਦਾ ਕਿ ਸਤਿਕਾਰ ਹੁਣ ਇਸ ਰੂਪ ਦਾ ਵਾ ਕਿ ਜਾਂ ਫਿਰ ਉਸ ਰੂਪ ਦਾ ਜ਼ਿਆਦਾ ਸੀ? ਉਹਦੇ ਵਿੱਚ ਤਾਂ ਵੇਖੋ ਜੀ, ਕੋਈ ਵੀ ਬੰਦਾ ਹੁਣ ਸਾਨੂੰ ਮੋਨੇ ਆ, ਜਦੋਂ ਉਹਦੇ ਵਿੱਚ ਜਿਹੜਾ ਬੰਦਾ ਜਾਣਦਾ ਵਾ ਉਹੋ ਹੀ ਹੱਥ ਖੜਾ ਕਰਦਾ, ਅਤੇ ਇਹਦੇ ਵਿੱਚ ਜਿਹੜਾ ਬੰਦਾ ਸਾਨੂੰ ਨਹੀਂ ਵੀ ਨਾ ਜਾਣਦਾ, ਮਹਾਰਾਜ ਦਾ ਸਤਿਕਾਰ ਮਤਲਬ ਵੀ ਬਾਣੇ ਦਾ ਸਤਿਕਾਰ ਵਾ ਕਿ ਸਾਡਾ ਤਾਂ ਕੁਝ ਮਤਲਬ ਹੈ ਨਹੀਂ ਇਹਦੇ ਵਿੱਚ, ਬਾਣੇ ਨੂੰ ਲੋਕ ਸਤਿਕਾਰ ਕਰਦੇ, ਜਿਹੜਾ ਨਹੀਂ ਜਾਣਦਾ ਉਹ ਵੀ ਹੱਥ ਖੜਾ ਕਰਦਾ, ਨਮਸਕਾਰ ਵੀ ਇੱਥੋਂ ਤੱਕ ਕਿ ਵੀ ਸਾਡੀ ਤਾਂ ਦਾੜੀ ਕਾਲੀ ਆ, ਇਹ ਚਿੱਟੀਆਂ ਦਾੜੀਆਂ ਤੱਕ ਮਤਲਬ ਵੀ ਲੋਕ ਇਹ ਬਾਣੇ ਦਾ ਸਤਿਕਾਰ ਕਰਦੇ ਆ, ਅਤੇ ਮਨ ਬੜਾ ਖੁਸ਼ ਹੁੰਦਾ ਵੀ ਮਾਲਕਾ
ਵੀ ਇਹ ਤੇਰੀ ਮਹਿਮਾ ਸਾਰੇ ਮਤਲਬ ਵੀ ਗਾਉਣ ਦੇ ਵੀ ਸਾਡਾ ਨਹੀਂ ਕੁਝ ਵੀ ਇਹਦੇ ਵਿੱਚ ਵੀ ਤੇਰੀ ਮਤਲਬ ਵੀ ਵਡਿਆਈ ਹੈ ਸਾਰੀ। ਤੁਸੀਂ ਦੱਸਿਆ ਸੀ ਅੱਗੇ ਕਿ 18 ਜੀ ਤੁਹਾਡੇ ਪਰਿਵਾਰ ਦੇ ਸਾਰੇ ਸਾਂਝੇ ਇੱਕੋ ਥਾਂ 'ਤੇ ਰਹਿੰਦੇ ਆ, ਇੱਕੋ ਥਾਂ 'ਤੇ ਚੁੱਲ੍ਹਾ ਬਲਦਾ, ਇੱਕੋ ਥਾਂ 'ਤੇ ਰੋਟੀ ਪਾਣੀ ਪਸ਼ਾਦਾ ਪਾਣੀ ਤਿਆਰ ਹੁੰਦਾ, ਹੈ ਨਾ। ਆਮ ਘਰਾਂ 'ਚ ਦੇਖੀਦਾ ਕਿ ਅੱਜ ਕੱਲ੍ਹ ਤਾਂ ਇੱਕ ਨੂੰ ਹੀ ਬੜੀ ਔਖੀ ਹੋ ਜਾਂਦੀ, ਹੈ ਨਾ। ਇੱਥੇ ਚਾਰ ਚਾਰ ਨੂੰ ਕੀ ਸਮਝਦੇ ਸੀ ਇਹਦੇ ਵਿੱਚ? ਚਲੋ ਪਰਵਰਿਸ਼ ਵੀ ਹੁੰਦੀ ਹੈ ਇੱਕ ਤਾਂ, ਮਤਲਬ ਵੀ ਜਿੱਦਾਂ ਹੁਣ ਬੱਚਿਆਂ ਦੀ ਸਾਡੀ ਆਪਣੀ ਲਾ ਲਓ ਵੀ ਮਾਂ ਪਿਓ ਦੀ ਸ਼ੁਰੂ ਤੋਂ ਜਿਹੜੀ ਮਤਲਬ ਵੀ ਜਿਹੜੀ ਸਾਡੀ ਸਾਨੂੰ ਸਾਂਭਿਆ, ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਾਂਭਿਆ ਵਾ। ਵੀ ਅਸੀਂ ਇੱਕ ਮਤਲਬ ਵੀ ਜਦੋਂ 8 ਵਜੇ ਤੋਂ ਬਾਅਦ ਵਿੱਚ ਅਸੀਂ ਮੋਨੇ, ਚਲੋ ਹੁਣ ਤਾਂ ਅਸੀਂ ਬਾਣੇ ਦੇ ਵਿੱਚ ਵਾਂ, ਜਦੋਂ ਮੋਨੇ ਨਹੀਂ ਨਾ ਕਹਿਣਾ 8 ਵਜੇ ਤੋਂ ਬਾਅਦ ਵਿੱਚ ਬਾਹਰ ਨਹੀਂ ਜਾਣਾ, ਘਰੋਂ ਬਾਹਰ ਨਹੀਂ ਜਾਣਾ, ਫਲਾਣ ਵਾ ਡੀਂਗ ਵਾ, ਅਤੇ ਚਲੋ ਇੰਨਾ ਵਧੀਆ ਤਰੀਕੇ ਨਾਲ ਸਾਂਭਿਆ, ਉਹ ਹੀ ਮਤਲਬ ਵੀ ਸਾਡੀ ਜਿਹੜੀ ਪਰਵਰਿਸ਼ ਜਿਹੜੀ ਮਤਲਬ ਵੀ ਸਹੀ ਹੋਈ ਆ, ਉਹ ਚੀਜ਼ ਨੂੰ ਲੈ ਕੇ ਆਪਾਂ ਇੱਥੋਂ ਤੱਕ ਇਕੱਠੇ ਹੀ ਹਾਂ ਸਾਰੇ ਕਿ। ਹਾਂਜੀ, ਉਸੇ ਪਰਵਰਿਸ਼ ਦਾ ਵੀ ਨਤੀਜਾ ਵਾ ਕਿ ਐਡਾ ਬੁਰਾ ਸਮਾਂ ਵੀ ਬਤੀਤ ਕੀਤਾ, ਤੁਸੀਂ ਫਿਰ ਵਾਪਸ ਆਏ। ਫਿਰ ਵਾਪਸ ਆਏ, ਹਾਂਜੀ ਹਾਂਜੀ, ਮਤਲਬ ਵੀ ਮਾਲਕ ਨੇ ਸੁਣੀ ਆ। ਹਾਂਜੀ, ਉਹਨਾਂ ਨੂੰ ਅੱਜ ਕੱਲ੍ਹ ਦੇ ਨੌਜਵਾਨ ਦੀ ਪੀੜ੍ਹੀਆਂ ਨੂੰ ਕੀ ਕਹਿਣਾ ਚਾਹੁੰਦੇ? ਕਿਉਂਕਿ ਨੌਜਵਾਨ ਕਈ ਦੇਖਿਆ ਨਸ਼ੇ ਦੇ ਵਿੱਚ ਹੁੰਦੇ ਆ ਨਾ, ਤਾਂ ਕਹਿੰਦੇ ਮੇਰੇ ਕੋਲ ਛੱਡਿਆ ਨਹੀਂ ਜਾਂਦਾ ਨਸ਼ਾ। ਕਈ ਹੁੰਦੇ ਆ ਵੀ ਵਾਲ ਕਟਾਏ ਹੁੰਦੇ ਆ, ਉਹਨਾਂ ਨੂੰ ਕਈਆਂ ਨੇ ਕੇਸ ਰੱਖ ਲਓ, ਦੁਬਾਰਾ ਘਰ ਦੇ ਵੀ ਕਹਿੰਦੇ ਮੈਂ ਕੇਸ ਨਹੀਂ ਰੱਖ ਸਕਦਾ। ਗੱਲ ਇੱਦਾਂ ਜੇ ਵੀ ਜਦੋਂ ਅਸੀਂ ਨਸ਼ਾ ਛੱਡਣਾ ਵਾ, ਕਿਸੇ ਵੀ ਧਰਮ ਦਾ ਬੰਦਾ ਵਾ, ਕੋਈ ਕਿਸੇ ਵੀ ਧਰਮ ਦਾ ਲਾ ਲਓ, ਕਿਸੇ ਨੂੰ ਵੀ ਮੰਨਦਾ ਵਾ, ਨਹੀਂ ਤੁਹਾਡੇ ਵਿੱਚ ਇੰਨੀ ਪਾਵਰ ਹੈਗੀ ਵੀ ਮਤਲਬ ਵੀ ਜਿੱਦਾਂ ਹੁਣ ਕਈ ਜਾਂਦੇ ਆ ਸੈਂਟਰਾਂ 'ਚ, ਆਉਂਦੇ ਸੈਂਟਰਾਂ 'ਚ ਬੰਦਾ ਕੋਈ ਨਸ਼ਾ ਛੱਡ ਨਹੀਂ ਸਕਦਾ, ਜੇ ਛੱਡੂਗਾ ਵੀ ਫਿਰ ਲਾਉਣ ਮਤਲਬ ਵੀ ਆਦੀ ਹੋ ਜੂਗਾ, ਫਿਰ ਲਾਉਣ ਡੈਬੂਗਾ। ਅਤੇ ਤੁਸੀਂ ਕਿਸੇ ਨੂੰ ਜਿਹਨੂੰ ਵੀ ਤੁਸੀਂ ਮੰਨਦੇ ਜੇ ਉਹਨੂੰ ਹਾਜ਼ਰ ਨਾਜ਼ਰ ਮੰਨ ਕੇ ਅਰਦਾਸ ਕਰੋ, ਬੇਨਤੀ ਕਰੋ ਅਤੇ ਵੀ ਮਾਲਕਾ ਮੈਂ ਛੱਡਣਾ ਚਾਹੁੰਦਾ ਵਾਂ, ਵੀ ਮੇਰੇ ਕੋਲ ਛੁੱਟਦਾ ਨਹੀਂ ਆ, ਵੀ ਤੁਸੀਂ ਪਰ ਇਹ ਵੀ ਬੰਦੇ ਦਾ ਆਪਣਾ ਵੀ ਮਨ ਹੋਣਾ ਚਾਹੀਦਾ ਵਾ। ਕਿਸੇ ਵੇਲੇ ਬੰਦਾ ਨੇਰਾ ਹੀ ਮਤਲਬ ਵੀ ਮਾਲਕ ਦੇ ਵੀ ਨਿਰਭਰ ਕਰ ਦਿੰਦਾ ਵੀ ਜਦੋਂ ਮਹਾਰਾਜ ਕਿਰਪਾ ਕਰਨਗੇ ਤਾਂ ਫਿਰ ਛੱਡਾਂਗੇ, ਕੋਈ ਗੱਲ ਨਹੀਂ ਉਦੋਂ ਛੱਡਾਂਗੇ। ਆਪਣੇ ਮਨ ਵਿੱਚ ਤੁਹਾਡੇ ਹੋਊਗਾ ਨਾ ਵੀ ਅਸੀਂ ਨਸ਼ਾ ਛੱਡਣਾ ਅਤੇ ਮਾਲਕ ਨੇ ਫਿਰ ਹੀ ਕਿਰਪਾ ਕਰਨੀ ਹੈ, ਅਤੇ ਇਹੋ ਜਿਹੀ ਕੋਈ ਚੀਜ਼ ਨਹੀਂ ਆ ਵੀ ਮਾਲਕ ਕਿਸੇ ਦੀ ਸੁਣਦਾ ਨਾ ਹੋਵੇ, ਮਾਲਕ ਸੁਣਦਾ, ਨਸ਼ਾ ਛੱਡਿਆ ਜਾਂਦਾ ਵਾ। ਹਾਂਜੀ, ਬਿਲਕੁਲ, ਨਸ਼ਾ ਕਹਿੰਦੇ ਨੇ ਕਿ ਛੱਡਿਆ ਜਾਂਦਾ, ਜੇ ਤੁਹਾਡੀ ਆਪਣੀ ਵਿਲ ਪਾਵਰ ਹੋਵੇ, ਪਰਮਾਤਮਾ ਦਾ ਸਹਾਰਾ ਰਹੋ, ਅਤੇ ਨਸ਼ਾ ਜ਼ਰੂਰ ਛੱਡਿਆ ਜਾਂਦਾ। ਆਖਰੀ ਸਵਾਲ ਕਰਾਂਗਾ, ਕਿੰਨਾ ਕੁ ਨਸ਼ਾ ਫਿਰ ਕਰਦੇ ਰਹੇ ਜਦੋਂ ਤੁਸੀਂ ਨਸ਼ੇ ਦੀ ਆਦੀ ਸੀ? ਸਿਗਰਟਾਂ ਦੀ ਗੱਲ ਕਰ ਲਾਂ ਜਾਂ ਸ਼ਰਾਬ ਦੀ ਗੱਲ ਕਰ ਲਾਂ, ਇੱਕ ਦਿਨ 'ਚ ਕਿੰਨਾ ਕੁ ਮਨਜੀਤ ਸਿੰਘ ਨਸ਼ਾ ਕਰਦਾ ਹੈ? ਇਹ ਤੰਬਾਕੂ ਦੀ ਗੱਲ ਕਰੀਏ ਤਾਂ ਤੰਬਾਕੂ ਵਾਲਾ ਬੰਦਾ ਤਾਂ ਮਤਲਬ ਵੀ ਜੇ ਮੰਨ ਲਓ ਉਹਨੇ ਕੱਢ ਵੀ ਦਿੱਤਾ, ਰੋਟੀ ਖਾਣ ਲੱਗਿਆ ਵੀ ਤੰਬਾਕੂ, ਚਾਹ ਪੀਣ ਲੱਗਿਆ ਵੀ ਤੰਬਾਕੂ, ਇੱਥੋਂ ਤੱਕ ਵੀ ਬਾਥਰੂਮ ਤੱਕ ਵੀ ਜਾਣਾ ਤਾਂ ਮਤਲਬ ਵੀ ਬੰਦਾ ਤੰਬਾਕੂ ਸਿਗਰਟਾਂ ਦਾ ਸਹਾਰਾ ਲੈਂਦਾ ਵਾ। ਇਹ ਨੌਜਵਾਨ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਵਾ, ਅਤੇ ਚਲੋ ਕਾਫੀ ਨਸ਼ਾ ਕੀਤਾ ਵਾ, ਤੰਬਾਕੂ ਵੀ ਲਾਇਆ, ਸਿਗਰਟਾਂ ਵੀ ਪੀਤੀਆਂ, ਇੱਕ ਦਿਨ ਦੀਆਂ 40-40 50-50 ਸਿਗਰਟਾਂ ਪੀਤੀਆਂ ਵਾ, ਅਤੇ ਪਰ ਵੀ ਸਾਰਾ ਕੁਝ ਉਹਦੀ ਕਿਰਪਾ ਦੀ ਨਾਲ, ਮਾਲਕ ਦੀ ਕਿਰਪਾ ਦੇ ਨਾਲ ਛੱਡਿਆ ਵਾ। ਬਿਲਕੁਲ, ਇਹ ਸਨ ਸਾਡੇ ਨਾਲ ਮਨਜੀਤ ਸਿੰਘ ਖਾਲਸਾ ਜੀ, ਜਿਨ੍ਹਾਂ ਦਾ ਆਪਣਾ ਜੀਵਨ ਸਾਡੇ ਨਾਲ ਸਾਂਝਾ ਕੀਤਾ ਹੈ ਕਿ 12 ਸਾਲ ਨਸ਼ਾ ਕੀਤਾ, ਪਤਿਤ ਪੂਨੇ 'ਚ ਰਹੇ, ਵਿਦੇਸ਼ਾਂ ਦੀ ਧਰਤੀ 'ਤੇ ਘੁੰਮਦੇ ਫਿਰਦੇ ਰਹੇ, ਉੱਥੇ ਹੀ ਨਸ਼ੇ ਦੇ ਆਦੀ ਹੋਏ, ਪਰ ਇੱਕ ਦਿਨ ਐਸਾ ਆਇਆ ਕਿ ਸੋਚ ਲਿਆ ਕਿ ਨਸ਼ਾ ਛੱਡਣਾ ਹੈ, ਗੁਰੂ ਦਾ ਆਸਰਾ ਲਿਆ, ਦੁਬਾਰਾ ਅੰਮ੍ਰਿਤ ਛਕਿਆ, ਪਤਿਤ ਪੂਨੇ 'ਚੋਂ ਬਾਹਰ ਆਏ ਅਤੇ ਨਸ਼ੇ ਨੂੰ ਤਿਆਗਿਆ। ਅੱਜ ਗੁਰੂ ਦੇ ਲੜ ਲੱਗੇ ਹਨ, ਗੁਰੂ ਦਾ ਬਾਣਾ ਪਹਿਨਿਆ ਹੈ, ਅਤੇ ਆਉਣ ਵਾਲੀ ਪੀੜ੍ਹੀ ਨੂੰ ਅਤੇ ਨੌਜਵਾਨ ਪੀੜ੍ਹੀ ਨੂੰ ਵੀ ਇਹੀ ਸਲਾਹ ਦੇ ਰਹੇ ਹਨ ਕਿ ਨਸ਼ਾ ਕਿਸੇ ਦਾ ਘਰ ਸਵਾਰਦਾ ਨਹੀਂ, ਨਸ਼ੇ ਨੂੰ ਤਿਆਗੋ ਅਤੇ ਗੁਰੂ ਦੇ ਲੜ ਲੱਗੋ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ, ਪੰਜਾਬ ਨਿਊਜ਼, ਬਟਾਲਾ।